Assalamualaikum जनाब जनाब असी आज गल करां दे कि मोहब्बत दे इम्तिहान दे बारे तुसी वेख्या होगा कि लोग ते बड़ा प्रचार करते रहंदे ने कि मनु तेरे नाल बड़ी मोहब्बत है मनु तेरे नाल बड़ी मोहब्बत है दोस्त दोस्त नूं कह रहा हुंदा है ਬਾਪ ਬੇਟੇ ਨੂੰ ਕਹਿ ਰਿਹਾ ਹੁੰਦਾ ਬੇਟਾ ਬਾਪ ਨੂੰ ਕਹਿ ਰਿਹਾ ਹੁੰਦਾ ਮਾਂ ਧੀ ਨੂੰ ਕਹਿ ਰਹੀ ਹੁੰਦੀ ਹੈ ਗੁਰਦੇ ਕਿ ਜਿਸ ਮਾਹੌਲ ਮੁਆਸ਼ਰੇ ਦੇ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਬੜੇ ਦਾਅਵੇ ਕਰਦੇ ਨੇ ਲੋਕ ਕਿ ਮਨੂ ਫਿਰ ਨਾਲ ਗੱਲ ਇਹ ਨਹੀਂ ਗੱਲ ਇਹ ਕਿ ਤੁਹਾਨੂੰ ਕਿਹਦੇ ਨਾਲ ਮਾਪਦ ਆਪਣੇ ਆਪ ਨੂੰ ਵੇਖਣਾ ਚਾਹੀਦਾ ਹੈ ਕਿ ਮਨੂ ਕਿਹਦੇ ਨਾਲ ਜ਼ਿਆਦਾ ਮਾਪਦ ਟੈਸਟ ਇਸ ਚੀਜ਼ ਦਾ ਹੁੰਦਾ ਨਾ ਦੇਖੋ ਮੁਹੱਬਤ ਦਾ ਟੈਸਟ ਇਹ ਹੈ ਕਿ ਤੁਹਾਨੂੰ ਪਤਾ ਚੱਲੇ ਕਿ ਤੁਹਾਨੂੰ ਕਿਹਦੇ ਨਾਲ ਮੁਹੱਬਤ ਹੈ ਠੀਕ ਹੈ ਤਾਂ ਦੋਸਤੋ ਗੱਲ ਇੰਝ ਹੈ ਕਿ ਅਗਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਕਿਹੜੀ ਹਸਤੀ ਨਾਲ ਕਿਹੜੇ ਸ਼ਖਸ ਨਾਲ ਸਾਰਿਆਂ ਤੋਂ ਜ਼ਿਆਦਾ ਮੁਹੱਬਤ ਹੈ ਅਤੇ ਤੁਸੀਂ ਕਿਸੇ ਨੂੰ ਵੇਖਦੇ ਹੋ ਕਿਹਦੇ ਵਾਸਤੇ ਕੋਈ ਐਸਾ ਆਲਾ ਨਹੀਂ ਕੋਈ ਐਸਾ ਮੀਟਰ ਨਹੀਂ ਕਿ ਜਿਹਦੇ ਨਾਲ ਤੁਸੀਂ ਚੈੱਕ ਕਰਕੇ ਇਹ ਦੱਸ ਸਕੋ ਕਿ ਮੈਨੂੰ ਫਲਾਂ ਬੰਦੇ ਨਾਲ ਮੁਹੱਬਤ ਹੈ ਜਿਸ ਵਕਤ ਅਸੀਂ ਆਪਣੇ ਫੈਮਿਲੀ ਸੈਟਅਪ ਦੇ ਵਿੱਚ ਰਹਿ ਰਹੇ ਹੁੰਦੇ ਹਾਂ ਇਸ ਮਾਹੌਲ ਮੁਆਸ਼ਰੇ ਦੇ ਅੰਦਰ ਰਹਿ ਰਹੇ ਹੁੰਦੇ ਹਾਂ ਉੱਥੇ ਸਾਡੇ ਸਾਰੇ ਅਜ਼ੀਜ਼ੋ ਕਰਬਾ ਭੈਣ ਭਾਈ ਯਾਰ ਦੋਸਤ ਮਾਂ ਬਾਪ ਬੀਵੀ ਬੱਚੇ ਸਭ ਮੌਜੂਦ ਹੁੰਦੇ ਨੇ ਉਹਨਾਂ ਦੇ ਦਰਮਿਆਨ ਵਿੱਚ ਅਸੀਂ ਰਹਿ ਰਹੇ ਹੁੰਦੇ ਹਾਂ ਅਤੇ ਉਹਨਾਂ ਦੇ ਦਰਮਿਆਨ ਰਹਿੰਦੇ ਹੋਇਆਂ ਕਤਨ ਸਾਨੂੰ ਇਹ ਅੰਦਾਜ਼ਾ ਨਹੀਂ ਹੋ ਸਕਦਾ ਕਿ ਸਾਨੂੰ ਕਿਸ ਹਸਤੀ ਦੇ ਨਾਲ ਸਾਰਿਆਂ ਜ਼ਿਆਦਾ ਮੁਹੱਬਤ ਹੈ ਯਾਰ ਇਹਦਾ ਨਾ 21 ਚੈੱਕ ਮੀਟਰ ਹੈ ਮੇਰੀ ਨਜ਼ਰ ਦੇ ਵਿੱਚ 21 ਦਾ ਹਾਲ ਹੈ ਇਹ ਕਿ ਤੁਸੀਂ ਖੁਰਾਕ ਦੇ ਵਿੱਚ ਚਲੇ ਜਾਓ ਤੁਸੀਂ ਆਪਣੇ ਘਰ ਬਾਹਰ ਤੋਂ ਦੂਰ ਨਾ ਦੂਰ ਬਾਹਰ ਚਲੇ ਜਾਓ ਅਕੇਲਾਪਨ ਇਖਤਿਆਰ ਕਰ ਲਓ ਤਨਹਾਈ 'ਚ ਚਲੇ ਜਾਓ ਅਤੇ ਫਿਰ ਵੇਖੋ ਆਪਣੇ ਦਿਲ ਦੀ ਤਰਫ ਧਿਆਨ ਕਰੋ ਕਿ ਤੁਹਾਡੇ ਰਹਿਣ ਦਿਆਂ ਗੋਸ਼ਿਆਂ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਉਹ ਕਿਹੜੀ ਹਸਤੀ ਜਿਹੜੀ ਤੁਹਾਨੂੰ ਉਸ ਤਨਹਾਈ ਦੇ ਵਿੱਚ ਯਾਦ ਆ ਅਤੇ ਉਹ ਸੂਰਤ ਦੇ ਵਿੱਚ ਫਰਾਕ ਦੇ ਵਿੱਚ ਜੁਦਾਈ ਦੇ ਵਿੱਚ ਤਨਹਾਈ ਦੇ ਵਿੱਚ ਜਿਹੜੀ ਹਸਤੀ ਜਿਹੜੀ ਸ਼ਖਸੀਅਤ ਤੁਹਾਨੂੰ ਸਾਰਾ ਕੁਝ ਜ਼ਿਆਦਾ ਯਾਦ ਆਉਂਦੀ ਹੈ ਉਹਦੇ ਨਾਲ ਹੀ ਤੁਹਾਨੂੰ ਜ਼ਿਆਦਾ ਮੁਹੱਬਤ ਹੈ ਇਹ ਮੁਹੱਬਤ ਦਾ ਟੈਸਟ ਹੈ ਅਤੇ ਮੁਹੱਬਤ ਜਿਹੜੀ ਕਿ ਇਹ ਵਸਲ 'ਚ ਨਹੀਂ ਹੁੰਦੀ ਮਿਲਾਪ 'ਚ ਨਹੀਂ ਹੁੰਦੀ ਮੁਹੱਬਤ ਦਾ ਅੰਦਾਜ਼ਾ ਉਦੋਂ ਹੀ ਹੁੰਦਾ ਜਦੋਂ ਕੋਈ ਬੰਦਾ ਸਾਡੇ 'ਚ ਜੁਦਾ ਹੋ ਜਾਂਦਾ ਜੇ ਤੁਸੀਂ ਕਿਸੇ ਦੀ ਜੁਦਾ ਹੁੰਦੇ ਹੋ ਤਾਂ ਫਿਰ ਤੁਹਾਨੂੰ ਇਹ ਪਤਾ ਚੱਲਦਾ ਕਿ ਮੈਨੂੰ ਯਾਦ ਇਸ ਬੰਦੇ ਨਾਲ ਮੈਨੂੰ ਕਿੰਨੀ ਮੁਹੱਬਤ ਹੈ ਸੋ ਬਾਈ ਦਾ ਇੱਕ ਹੀ ਟੈਸਟ ਹੈ ਕਿ ਤਨਹਾਈ ਦੇ ਵਿੱਚ ਜੁਦਾਈ ਦੇ ਵਿੱਚ ਫਰਾਕ ਦੇ ਵਿੱਚ ਜੋ ਬੰਦਾ ਜੋ ਸ਼ਖਸੀਅਤ ਸਾਰਿਆਂ ਦੀ ਜ਼ਿਆਦਾ ਤੁਹਾਨੂੰ ਯਾਦ ਆਉਂਦੀ ਉਹਦੇ ਨਾਲ ਹੀ ਤੁਹਾਨੂੰ ਜ਼ਿਆਦਾ ਮੁਹੱਬਤ ਹੈ ਉਹ ਚਾਹੇ ਤੁਹਾਡੇ ਅੱਲਾਹ ਦੀ ਮੁਹੱਬਤ ਹੈ ਚਾਹੇ ਤੁਹਾਡੀ ਨਬੀ ਸੱਲੱਲਾਹੁ ਅਲੈਹਿ ਵਾਲੇ ਵਸਲਮ ਦੇ ਨਾਲ ਮੁਹੱਬਤ ਜਾਂ ਕਿਸੇ ਹੋਰ ਹਸਤੀ ਦੇ ਨਾਲ ਮੁਹੱਬਤ ਇੱਕ ਹੀ ਚੈੱਕ ਮੀਟਰ ਉਹ ਇਹ ਫਰਾਕ